ਅਸਲਾਮੁਅਲੈਕੁਮ, ਵੈਲਕਮ ਬੈਕ ਪੰਜਾਬੀ ਵਲੌਗ 349। ਕੀ ਹਾਲ ਹੈ? ਠੀਕ ਹੋ ਸੱਜਣਾ ਮਿੱਤਰਾ ਬੇਲੀਓ ਭਰਾਵੋ ਸਾਰੇ ਠੀਕ ਹੋ ਨਾ? ਪੇਸ਼ੇ ਖਿਦਮਤ ਚੌਧਰੀ ਅਬਦੁਲ ਰਹਿਮਾਨ ਬਸੀ ਚੌਧਰੀ ਅਲੀ ਤਾਰਕ ਸਾਡਾ ਭਰਾ ਸਾਡਾ ਵੀਰ ਠੀਕ ਜੀ ਅੱਲਾ ਸ਼ਾਪਕ ਦਾ ਸ਼ੁਕਰ। ਅੱਛਾ ਜੀ, ਹੁਣ ਮੋਟਰਸਾਈਕਲ ਨਾ ਜਾਣ ਰੋਡ ਦੇ ਉੱਪਰ ਨਹਿਰ 'ਤੇ ਖੜੇ ਹਾਂ ਜੀ ਨਹਿਰ 'ਚ। ਅੱਛਾ ਮੈਂ ਅਲੀ ਭਾਈ ਥੋੜ੍ਹਾ ਇੱਧਰ ਆ ਜਾ, ਗੱਡੀ ਲੰਘ ਰਹੀ ਹੈ, ਗੱਡੀ ਦੇ ਵਿੱਚ ਨਾ ਬਾਜ ਜੀ, ਬਾਅਦ ਚੁੱਕੇ ਭੱਜਣਾ ਪਵੇ ਅਤੇ ਆਵਾਮ ਲੱਗਣਾ ਕੰਟੈਂਟ ਲੈਣ ਵਾਸਤੇ ਜੀ। ਥੰਬਨੇਲ ਤੇ ਲਿਖਦਾ ਜੀ ਐਕਸੀਡੈਂਟ ਹੋ ਗਿਆ, ਇੱਦਾਂ ਹੋ ਗਿਆ, ਬਲੱਡ ਨਿਕਲਿਆ, ਕਿਉਂਕਿ ਸਾਨੂੰ ਕੰਟੈਂਟ ਦੀ ਜ਼ਰੂਰਤ ਨਹੀਂ ਅਲਹਮਦੁਲਿਲਾ। ਸਾਡੇ ਕੋਲ ਪਿੰਡ ਵਾਲੇ ਕੋਲ ਕੰਟੈਂਟ ਬਹੁਤ ਆ, ਨਹਿਰ 'ਤੇ ਆਈਏ ਤਾਂ ਕੰਟੈਂਟ ਬਣ ਜਾਂਦਾ, ਮੱਛੀ ਨਹੀਂ ਕੰਟੈਂਟ ਹੀ ਕੰਟੈਂਟ ਆ। ਬ੍ਰਾਂਡ ਪਿੰਡ ਵਾਲੇ, ਬ੍ਰਾਂਡ ਪਿੰਡ ਵਾਲੇ ਹਾਜ਼ਰ ਹੋਵੋ, ਜਿਹੜੇ ਪਿੰਡ ਵਾਲੇ, ਹਾਂ ਜਿਹੜੇ ਪਿੰਡ ਵਾਲੇ ਨੇ ਪਿੰਡ ਵਾਲੇ ਕਮੈਂਟ ਕਰਨ। ਔਰ ਬਾਕੀ ਯਾਰ ਮੇਰਾ ਇੱਕ ਫੈਨ ਸੀਗਾ, ਤੂੰ ਦੱਸ ਰਿਹਾ ਸੀਗਾ। ਅੱਛਾ ਯਾਰ, ਮੈਂ ਸਪੈਸ਼ਲੀ ਵੀਡੀਓ ਉਹਦਾ ਨਾਮ ਵੀ ਲਿਖਾਂਗਾ ਉੱਪਰ, ਮੇਰਾ ਪਹਿਲਾ ਫੈਨ ਆ। ਬਾਕੀ ਗੱਲ ਹੋਰ ਵੀ ਇੱਕ ਦੋ ਹੈਗਾ ਹੈ, ਨਾਮ ਦਾ ਸਨੈਨ ਬੂਟਾ ਲੜਕਿਆ, ਨਾਮ ਨੌ ਚੱਕ ਦਾ ਮੁੰਡਾ ਯਾਰ। ਅੱਛਾ ਹਸਨੈਨ ਬੂਟਾ, ਹਾਂ ਟਿਕਟੋਕ ਤੇ ਵੀ ਕਾਫੀ ਕਮੈਂਟ ਵਗੈਰਾ ਮਾਸ਼ਾਅੱਲਾ ਕਰਦਾ ਹੈ ਨਾ, ਉਹ ਲਗਾਤਾਰ ਤੇ ਮੈਨੂੰ ਕਮੈਂਟ ਮਿਲਣ ਵੀ ਆਇਆ ਸਨ ਵੈਸੇ। ਅੱਛਾ ਮੈਨੂੰ ਯਾਰ ਹਸਨੈਨ ਭਾਈ ਮੈਨੂੰ ਹੁਣ ਦੱਸਿਆ ਲਈ ਨੇ, ਅੱਜ ਡੇਟ ਕੀ ਆ? ਸਾਡੇ ਤਰੀਕ ਪਤਾ ਕੋਈ ਮੈਨੂੰ ਕੀ ਆ, ਦੇਖ ਲੈਨੇ ਆ। 11 ਤਰੀਕ ਸਾਡੀ ਅੱਜ ਖੁੱਲ ਕੇ ਮੁਲਾਕਾਤ ਅੱਜ ਹੋਈ। ਰਾਜੇ ਨੇ ਦੱਸਿਆ ਕਿ ਯਾਰ ਉਹ ਬੰਦਾ ਆਇਆ ਸੀਗਾ ਤੈਨੂੰ ਮਿਲਣ ਛੋਟੇ ਭਾਈ ਨੂੰ ਨਾਲ ਲੈ ਕੇ, ਤੇ ਮੈਂ ਘਰ ਨਹੀਂ ਸੀਗਾ, ਮਾਜ਼ਰਤ ਯਾਰ। ਬਾਕੀ ਵੀ ਇੱਕ ਦੋ ਲੜਕੇ ਦਾ ਮੈਸੇਜ ਆਇਆ ਸੀ ਪਰ ਮੈਂ ਉਹਨਾਂ ਨੂੰ ਕਿਹਾ ਸੀ ਯਾਰ ਮੈਂ ਹਲੇ ਪੈਸੇ ਲਵਾਂ। ਹਾਂ ਮੋਸਟ ਵੈਲਕਮ, ਨੋ ਚੱਕੜਾ ਦੂਰ ਹੈ ਯਾਰ, ਐਨੀ ਟਾਈਮ ਮੋਸਟ ਵੈਲਕਮ, ਆਇਆ ਮੇਰਾ ਭਰਾ ਕੋਈ ਮਸਲਾ ਨਹੀਂ, ਤਾਬੇਦਾਰ। ਹੋਰ ਸੱਜਣਾ ਮਿੱਤਰ ਬੇਲੇ ਠੀਕ ਹੋ? ਅਲੀ ਭਾਈ ਅੱਜ ਨਾ ਕੰਟੈਂਟ ਕੋਈ ਨਹੀਂ ਸੀ, ਮੈਂ ਕਿਹਾ ਜੀ ਗੱਪ ਸ਼ੱਪ ਲਾਉਣੀ ਹੈ ਮਾਮਲਾ, ਠੀਕ ਹੈ ਇੱਧਰ ਆ ਜਾ ਯਾਰ, ਮੈਨੂੰ ਥੋੜ੍ਹਾ ਨਾ ਕੈਰਿਡ ਭਜਣਾ ਵਾਜੀਏ। ਹਾਂ ਅੱਛਾ ਭਾਈ, ਸਭ ਤੋਂ ਪਹਿਲੇ ਮੁਬਾਰਕ ਹੋਵੇ ਅਲੀ ਭਾਈ ਨੂੰ। ਪੁੱਛੋ ਕੈਸ਼ ਚੀਜ਼ ਦੀ, ਕੈਸ਼ ਚੀਜ਼ ਭਾਈ ਜਾਨੇ ਆਹ ਹੱਥ ਕੀ ਫੜਿਆ? ਅੱਛਾ ਆਈਫੋਨ? ਹਾਂ ਮਾਸ਼ਾਅੱਲਾ ਆਈਫੋਨ ਜੀ। ਕਿਹੜਾ ਆਈਫੋਨ ਆ? ਇਹ ਆਈਫੋਨ 8 ਯਾਰ। 8 ਜੀ ਭਾਈ, ਦੇਖੋ ਜੀ ਮਾਸ਼ਾਅੱਲਾ ਸਾਡੇ ਪੁਰਾਣੇ ਆਈਫੋਨ ਲਿਆ, ਮੁਬਾਰਕਬਾਦ ਬਣ ਗਈ ਆ। ਮੁਬਾਰਕਬਾਦ, ਖੈਰ ਮੁਬਾਰਕ ਤੁਹਾਨੂੰ। ਓਕੇ ਜੀ, ਖੈਰ ਮੁਬਾਰਕ ਸਾਡੇ ਵੀਰ ਨੇ ਆਈਫੋਨ ਲਿਆ, ਬਾਕੀ ਅੱਲਾ ਤਾਲਾ ਨੂੰ ਕਾਮਯਾਬੀ ਦੇਵੇ। ਆਮੀਨ ਆਮੀਨ। ਹੁਣ ਇਨਸ਼ਾਅੱਲਾ ਇਹ ਯੂ ਐਸ ਏ ਅਕਾਊਂਟ ਆ ਨਾ, ਯੂ ਐਸ ਏ ਅਕਾਊਂਟ ਟਿਕਟੋਕ ਦਾ ਬਣਾਉਣ ਜਾ ਰਿਹਾ ਇਨਸ਼ਾਅੱਲਾ। ਇਹ ਉਹ ਆਪਣੀ ਵੀਡੀਓ ਜਲਦੀ ਅਪਲੋਡ ਕਰਨੀ ਸਟਾਰਟ ਕਰੇਗਾ ਤੇ ਸਾਡੇ ਮੈਂਸ਼ਨ ਕਰਾਂਗਾ ਆਪਣਾ ਦੂਸਰਾ। ਹਾਂ ਮੈਂਸ਼ਨ ਕਰੇਗਾ ਤੇ ਸਾਰੇ ਵੀਰ ਭਰਾਵਾਂ ਨੇ ਇਹਨਾਂ ਨੂੰ ਲਾਈਕ ਸਬਸਕ੍ਰਾਈਬ ਕਮੈਂਟ ਲਾਜ਼ਮੀ ਕਰਨਾ। ਬਾਕੀ ਸੱਜਣੋ ਮਿੱਤਰੋ ਬੇਲੀ, ਸਾਡੀ ਵੀਡੀਓ ਅੱਛੀ ਲੱਗੀ ਦੀ ਹੋਵੇ ਤਾਂ ਲਾਈਕ ਤੇ ਕਮੈਂਟ ਲਾਜ਼ਮੀ ਕਰਨਾ। ਦੂਜੇ ਨੰਬਰ ਤੇ ਯਾਰ ਮੇਰਾ ਬਾਜ਼ੂ ਬਹੁਤ ਥੱਕ ਗਿਆ, ਮੋਬਾਈਲ ਵਜ਼ਨੀ ਆ ਯਾਰ, ਨਾ ਗੂਗਲ ਪਿਕਸਲ ਬਹੁਤ ਵਜ਼ਨੀ ਆ, ਬਾਜ਼ੂ ਥੱਕ ਜਾਂਦਾ। ਅੱਛਾ ਯਾਰ, ਉਸਤਾਖ ਰਸੂਲ ਕੀ ਇੱਕ ਹੀ ਸਜ਼ਾ, ਸਰਤਨ ਤੇ ਜੁਦਾ, ਸਰਤਨ ਤੇ ਜੁਦਾ, ਇਦਾਂ ਹੀ ਆ ਜੀ, ਇਦਾਂ ਹੀ ਜੀ, ਇਦਾਂ ਜੀ। ਉਸਤਾਖ ਰਸੂਲ ਦੀ ਇੱਕ ਹੀ ਸਜ਼ਾ, ਸਰਤਨ ਤੋਂ ਜੁਦਾ, ਸਰਤਨ ਤੋਂ ਜੁਦਾ, ਕਿਉਂਕਿ ਬਹੁਤ ਗਲਤ ਕੀਤਾ ਉਹਨਾਂ ਨੇ। ਹੁਣ ਸਾਰੇ ਭਰਾ ਸਿੱਧੂ ਮੂਸੇਵਾਲਾ ਮਰਿਆ, ਉਸ ਤੋਂ ਬਾਦ ਕਈ ਸਾਲ ਹਾਲ ਤੱਕ ਕੰਟੈਂਟ ਚੱਲਦਾ ਰਿਹਾ, ਆਵਾਮ ਦੀ ਤਸਵੀਰ ਵੀਡੀਓ ਪਾਈਆਂ। ਹੁਣ ਇਹ ਅਸੀਂ ਮੁਸਲਮਾਨ ਆ ਯਾਰ, ਇਹਦਾ ਕੰਟੈਂਟ ਬਣਾਉਣਾ ਚਾਹੀਦਾ। ਕੰਟੈਂਟ ਮੀਨ ਇਹ ਨਹੀਂ ਫੇਮ ਵਾਸਤੇ, ਹੱਕ 'ਚ ਆਵਾਜ਼ ਚੁੱਕੋ ਕਿ ਉਹਨਾਂ ਨੂੰ ਸਜ਼ਾ ਮਿਲਣੀ ਚਾਹੀਦੀ ਆ। ਇਹ ਨਹੀਂ ਕਿ ਉਹਨਾਂ ਨੇ ਬਗੈਰਤੀ ਕੀਤੀ ਤਾਂ ਉਹਨਾਂ ਨੂੰ ਮਾਫ਼ੀ ਲੱਭ ਜਾਵੇ, ਉਹਨਾਂ ਨੇ ਬਹੁਤ ਗਲਤ ਕੀਤਾ। ਮੁਸਲਮਾਨ ਹਕੂਮਤ ਨੇ, ਅਸੀਂ ਮੁਸਲਮਾਨ ਹਾਂ ਅਤੇ ਮੁਸਲਿਮ ਹਕੂਮਤ ਹੋਣੀ ਚਾਹੀਦੀ ਆ। ਇਹ ਗੱਲ ਹੋਈ ਕਿ ਉਹ ਆਪਣੇ ਪ੍ਰੋਟੋਕੋਲ ਵਾਸਤੇ, ਅਯਾਸ਼ੀ ਵਾਸਤੇ ਗੱਡੀਆਂ ਲੈ ਜਾਣ ਅੰਦਰ, ਹੁਣ ਸਾਡਾ ਹੀ ਫੜਦਾ ਅਸੀਂ ਉਹਨਾਂ ਵਾਸਤੇ ਕਿ ਅਸੀਂ ਮੁਸਲਮਾਨ ਹਾਂ, ਆਵਾਜ਼ ਚੁੱਕਣੀ ਚਾਹੀਦੀ, ਆਪਣੀ ਇੱਕ ਆਵਾਜ਼ ਬਣਨੀ ਚਾਹੀਦੀ। ਅੱਜ ਦਾ ਵਲੋਗ ਇੰਨਾ ਕਿ ਸਿਰਫ ਗੱਪਸ਼ਪ ਆ, ਅਤੇ ਬਾਕੀ ਮਿਲਦੇ ਨੈਕਸਟ ਦੁਆਵਾਂ ਯਾਦ ਰੱਖਿਓ। ਓਕੇ, ਅੱਲਾ ਹਾਫਿਜ਼।